ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ। ਅੱਜ ਆ ਜੀ ਮੇਰਾ ਜਨਮ ਦਿਨ, ਜੋ ਕਿ ਬਾਈ ਦੀ ਗੋਡਸ ਗ੍ਰੇਸ ਤੁਹਾਡੀਆਂ ਦੁਆਵਾਂ ਨਾਲ ਮੈਂ ਆਪਦਾ 30ਵਾਂ ਜਨਮ ਦਿਨ ਮਨਾਉਣਾ ਸ਼ੁਰੂ ਕਰ ਰਿਹਾ ਜੀ, ਇਟਲੀ ਦੇ ਬਹੁਤ ਹੀ ਖੂਬਸੂਰਤ ਸ਼ਹਿਰ ਰੋਮ ਦੇ ਵਾਲਪੇਪਰਾਂ ਤੋਂ। ਪੈਸੇ ਤਾਂ ਚਿੱਤੜ ਭਾਗ ਰਜਾਈ ਨੂੰ ਲਾਏ ਹੋਏ ਨੇ। ਗੂਗਲ ਮੈਪ ਤੇ ਘੁੰਮ ਰਹੇ ਸੀ ਜੀ, ਆਫਟਰ ਦੈਟ ਅਸੀਂ ਆ ਗਏ ਦੁਬਈ। ਕੱਪੜੇ ਬਦਲਣ ਦੀ ਸੋਚ ਰਿਹਾ ਸੀ, ਪਤਾ ਲੱਗਿਆ ਵੀ ਬਾਹਰ ਇੱਕ ਬਲਾ ਆਈ ਖੜੀ ਆ, ਜਾਨੀ ਕਿ ਪੱਤਰਕਾਰ। ਇਹ ਕਹਿੰਦਾ ਜਨਮ ਦਿਨ ਤੇ ਬਾਈਟ ਲੈਣੀ ਹੈ। ਇਹਨਾਂ ਨੇ ਸਵਾਲ ਪੁੱਛਿਆ, ਕਹਿੰਦੇ ਜਨਮ ਦਿਨ ਤੇ ਆਮ ਦਿਨ ਚ ਕੀ ਫਰਕ ਹੁੰਦਾ? ਮੈਂ ਕਿਹਾ ਜੀ ਹੋਰਾਂ ਲਈ ਤਾਂ ਪਤਾ ਨਹੀਂ, ਪਰ ਸਾਡੇ ਜਿਹੜੇ ਮਿਡਲ ਕਲਾਸ ਵਾਲੇ ਮੁੰਡੇ ਆ, ਸਾਡਾ ਤਾਂ ਜੀ ਬਸ ਇਹ ਦਿਨ ਇੱਕ ਹੀ ਫਰਕ ਹੁੰਦਾ ਵੀ ਸਾਡੇ ਜਨਮ ਦਿਨ ਵਾਲੇ ਦਿਨ ਲਫੜੇ ਨਹੀਂ ਪੈਂਦੇ। ਜੇ ਮੈਂ ਜਵਾਬ ਦੇ ਕੇ ਹਟਿਆ, ਉਹ ਤਾਂ ਉਹਦੀ ਪਤਾ ਲੱਗਿਆ ਵੀ ਰਸ਼ੀਆ ਨੇ ਨਾਟੋ ਵਾਲੇ ਮੁਲਕਾਂ ਨਾਲ ਸਲਾਹ ਕਰਕੇ ਅਮਰੀਕਾ ਤੇ ਹਮਲਾ ਬੋਲਤਾ। ਫਿਰ ਤਾਂ ਬਾਜਾਂ ਜੀ ਸੁਣੀਆਂ, ਬਚੋ ਬਚੋ, ਸਾਨੂੰ ਬਚਾਓ, ਮੈਂ ਬਚਾਓ ਪੱਤਰਕਾਰ ਸਾਹਿਬ, ਇਸ ਹਮਲੇ ਦੀਆਂ ਸਿੱਧੀਆਂ ਜੜਾਂ ਰਸੋਈ ਚ ਰੱਖੀ ਹੋਈ ਚਾਹ ਨਾਲ ਜੁੜਦੀਆਂ ਸੀ, ਜਿਹੜੀ ਦਾਸ ਨੇ ਰੱਖੀ ਸੀ ਤੇ ਉੱਬਲ ਚੁੱਕੀ। ਕੱਲੀ ਕੱਲੀ ਚੱਪਲ ਮੈਂ ਗਰਾਉਂਦੀ ਇਹੀ ਕਹਿ ਰਹੀ ਸੀ, ਗੁਟਕਾ ਪੁੱਟ ਨਾਈਟ ਸ਼ਿਫਟ ਤੇ ਐ ਹੁੰਦੀ ਆ। ਓ ਹਾਂਡੇ ਦਾਰੂ ਗੁਸਲਖਾਨੇ ਵਾਲੇ ਲੀਟਰ ਮੇ ਵਾਚ, ਇਹ ਏਰੀਆ ਥੋੜਾ ਰਿਸਕੀ ਹੈ, ਯਹਾਂ ਪਰ ਕਭੀ ਵੀ ਰੇਡ ਪੜ ਸਕਤੀ ਹੈ, ਯਹਾਂ ਪਰ ਪੈਗ ਜਲਦੀ ਸੇ ਜਲਦੀ ਸੜਕਣਾ ਹੋਗਾ। ਯਾਰ ਲੋਕ ਐਵੇਂ ਕਹੀ ਜਾਂਦੇ ਰਹਿੰਦੇ ਨੇ, ਇੱਥੋਂ ਬਾਹਰ ਵਗ ਜਾਓ, ਬਾਹਰ ਜਾ ਕੇ ਸੈੱਟ ਹੋ ਜਾਊਗਾ, ਇਦੂ ਵਧੀਆ ਸੈੱਟ ਕਿੱਥੇ ਹੋਵਾਂਗੇ। ਸਵੇਰ ਦੇ ਮੈਂ 5 ਚਮਚੇ ਮਾਰੇ ਭੁੱਕੀ ਦੇ, ਹੱਥ ਨੇ ਮਾਰੇ ਆਦੀਆ, 3 ਡੰਗ ਖਾ ਗਿਆ ਰੋਟੀ, ਡੱਕਾ ਤੋੜਿਆ ਨੀ, 2 ਵਾਰੀ ਨਿਆਣੇ ਕੁੱਟ ਤੇ ਆਇਆ ਜੀ, ਜ਼ਿੰਦਗੀ ਕਿੱਥੇ ਮਿਲਣੀ ਹੈ। ਆਇਆ ਤਾਂ ਹੋਇਆ ਪਰ ਵੀਰੇ ਇਹ ਤੋਂ ਮੁੜਿਆ ਨਹੀਂ ਜਾਣਾ ਮੈਨੂੰ ਲੱਗਦਾ, ਜਿਹੜੇ ਲੋਟਾ। ਹੈਪੀ ਬਰਥਡੇ ਟੂ ਮੀ ਤੇ ਤੁਹਾਨੂੰ ਸਾਰਿਆਂ ਨੂੰ ਥੈਂਕ ਟੂ ਹੋ ਗਏ ਜੀ 30 ਸਾਲ ਵਿਹਲਣਾ ਦੇ ਨਾਲ।